ਪਟਿਆਲਾ ਦੇ ਵਿੱਚ ਅਧਿਆਪਕਾਂ ਦੇ ਪੱਕੇ ਮੋਰਚੇ ਦੇ ਵਿੱਚ ਮੰਤਰੀ ਓਪੀ ਸੋਨੀ ਜੋ ਕਿ ਸਿੱਖਿਆ ਮੰਤਰੀ ਨੇ ਪੰਜਾਬ ਦੇ ਉਹਨਾਂ ਵੱਲੋਂ ਆ ਕੇ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸਾਡੇ ਨਾਲ ਅਧਿਆਪਕ ਸੁਰਿੰਦਰ ਫਾਜ਼ਿਲਕਾ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਵੱਲੋਂ ਧਰਨਾ ਚੱਕਿਆ ਜਾਵੇਗਾ ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਇਹ ਫੇਰੀ ਹੋਈ ਹੈ ਸਿੱਖਿਆ ਮੰਤਰੀ ਦੀ, ਜਿਹੜਾ ਮੀਡੀਆ ਦੇ ਨਾਲ ਧੱਕਾ ਮੁੱਕੀ ਕੀਤੀ ਗਈ ਹੈ, ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਗੱਲ ਨਹੀਂ ਕੀਤੀ ਗਈ, ਤਾਂ ਕੀ ਕਹਿਣਾ ਇਹਨਾਂ ਦਾ ਕਿ ਧਰਨਾ ਚੁੱਕਣਗੇ ਜਾਂ ਨਹੀਂ ਚੁੱਕਣਗੇ ਜਾਂ ਫਿਰ ਸਿੱਖਿਆ ਮੰਤਰੀ ਨੇ ਜਿਹੜਾ ਕੀ ਇਹਨਾਂ ਨੂੰ ਆਸ਼ਵਾਸਨ ਦਿੱਤਾ ਹੈਗਾ। ਸੁਰਿੰਦਰ ਜੀ ਸਵਾਗਤ ਹੈ ਦੈਨਿਕ ਸਵੇਰਾ ਦੇ। ਧਰਨਾ ਚੁੱਕੋਗੇ ਕਿ ਨਹੀਂ ਸਿੱਖਿਆ ਮੰਤਰੀ ਦੀ ਜਿਹੜੀ ਫੇਰੀ ਹੈ, ਇਹ ਵੀ ਸਵਾਲਾਂ ਦੇ ਵਿੱਚ ਪੱਤਰਕਾਰਾਂ ਨੂੰ ਧੱਕੇ ਮਾਰੇ ਗਏ, ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ, ਮੰਤਰੀ ਨੂੰ ਕੀ ਕਹੋਗੇ? ਦੇਖੋ ਜਿੱਥੋਂ ਤੱਕ ਧਰਨੇ ਚੱਕਣ ਦਾ ਸਵਾਲ ਹੈ, ਫੌਰੀ ਤੌਰ ਤੇ ਜੋ ਸਾਂਝਾ ਅਧਿਆਪਕ ਮੋਰਚਾ ਦੀ ਜਿਹੜੀ ਕੋਰ ਕਮੇਟੀ ਹੈ ਜੋ ਡਿਸੀਜਨ ਲਊਗੀ ਉਹਦੇ ਉੱਤੇ ਅਸੀਂ ਪੂਰਨ ਤੌਰ ਤੇ ਜਿਹੜੇ ਫੁੱਲ ਚੜਾਵਾਂਗੇ। ਤੇ ਜਿੱਥੋਂ ਤੱਕ ਤੁਹਾਡਾ ਸਵਾਲ ਹੈ ਵੀ ਧੱਕਾ ਮੁੱਕੀ ਹੋਈ ਹੈ, ਇਹ ਤਾਂ ਬਈ ਤੁਸੀਂ ਆਪਣੇ ਬਿਹਾਫ ਦੇ ਉੱਤੇ ਆਪਦਾ ਐਸੋਸੀਏਸ਼ਨ ਹੈ ਕੋਈ ਨਿਖੇਧੀ ਤੁਸੀਂ ਲਾ ਸਕਦੇ ਹੋ, ਲੇਕਿਨ ਜੇ ਉਹ ਹੋਇਆ ਤਾਂ ਇਹ ਵੀ ਮਾੜਾ ਹੈ। ਲੇਕਿਨ ਜੋ ਫੈਸਲਾ ਸਾਨੂੰ ਸਾਂਝਾ ਅਧਿਆਪਕ ਮੋਰਚਾ ਦੀ ਕੋਰ ਕਮੇਟੀ ਦੇਊਗੀ ਅਸੀਂ ਉਹਦੇ ਉੱਤੇ ਪੂਰਨ ਤੌਰ 'ਤੇ ਫੁੱਲ ਚੜਾਵਾਂਗੇ। ਜਿਸ ਤਰ੍ਹਾਂ ਦਾ ਆਸ਼ਵਾਸਨ ਮੰਤਰੀ ਸਾਹਿਬ ਵੱਲੋਂ ਅਤੇ ਕੈਬਨਿਟ ਵੱਲੋਂ ਜਾਂ ਹੋਰ ਸੀਐਮ ਸਾਹਿਬ ਵੱਲੋਂ ਸਾਡੇ ਅਧਿਆਪਕ ਸਾਥੀਆਂ ਨੂੰ ਮਿਲੂਗਾ, ਅਧਿਆਪਕ ਉਹ 'ਤੇ ਪੂਰਨ ਤੌਰ 'ਤੇ ਫੁੱਲ ਚੜਾਵਾਂਗੇ। ਜੇਕਰ ਅਧਿਆਪਕ ਕਹਿ ਦਿੰਦੇ ਕੱਲ੍ਹ ਦੀ, ਸਾਂਝਾ ਅਧਿਆਪਕ ਮੋਰਚਾ ਕਹਿ ਦਿੰਦਾ ਕੱਲ੍ਹ ਦੀ ਰੈਲੀ ਹੋਊਗੀ ਤਾਂ ਰੈਲੀ ਹੋਊਗੀ, ਲੇਕਿਨ ਇਹ ਪੂਰਨ ਜਿਹੜਾ ਪੱਕਾ ਅਤੇ ਜਿਹੜਾ ਫੈਸਲਾ ਕਰਨਾ ਇਹ ਸਾਂਝੇ ਅਧਿਆਪਕ ਮੋਰਚੇ ਦੀ ਕੋਰ ਕਮੇਟੀ ਨੇ ਕਰਨਾ। ਜਿਹੜਾ ਮੋਰਚਾ ਤੁਸੀਂ ਚੱਕ ਰਹੇ ਹੋ ਜਾਂ ਫਿਰ ਜਿਹੜਾ ਮੋਰਚਾ ਹੈਗਾ ਇਹ ਜਾਰੀ ਰਹੂਗਾ, ਹੁਣ ਇਹ ਫੈਸਲਾ ਤਾਂ ਇਹ ਇਸ ਦਾ ਐਲਾਨ ਹੈ ਜਿਹੜਾ ਸਾਂਝੇ ਅਧਿਆਪਕ ਮੋਰਚੇ ਦੇ ਕੋ ਕਨਵੀਨਰ ਸਾਹਿਬ ਤੇ ਕਨਵੀਨਰ ਸਾਹਿਬ ਉਹ ਕਰਨਗੇ, ਹੁਣੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਕੀ ਹੋਊਗਾ ਜਾਨੀ। ਸੋ ਅਧਿਆਪਕਾਂ ਦਾ ਕਹਿਣਾ ਕਿ ਉਹਨਾਂ ਦੇ ਜਿਹੜੇ ਨੇਤਾ ਹੈਗੇ ਨੇ ਉਹ ਇਸ ਬਾਰੇ ਫੈਸਲਾ ਕਰਨਗੇ ਕਿ ਧਰਨਾ ਚੁੱਕਿਆ ਜਾਵੇ ਜਾਂ ਨਾ ਚੁੱਕਿਆ ਜਾਵੇ, ਲੇਕਿਨ ਮੰਤਰੀ ਸਾਹਿਬ ਜ਼ਰੂਰ ਇਹ ਆਪਣੀ ਸਪੀਚ ਦੇ ਵਿੱਚ ਕਹਿ ਗਏ ਨੇ ਕਿ ਅਧਿਆਪਕ ਨੇ ਜਿਹੜੇ ਆਪਣਾ ਮੋਰਚਾ ਜਿਹੜਾ ਚੱਕ ਰਹੇ ਨੇ, ਕੱਲ੍ਹ ਜਿਹੜਾ ਪਟਿਆਲੇ ਦਾ ਵੱਡਾ ਘਰਾਅ ਹੋਣ ਵਾਲਾ ਸੀ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਰਕਾਰ ਦੇ ਮਨ ਦੇ ਵਿੱਚ ਡਰ ਜ਼ਰੂਰ ਸੀ, ਜਿਸ ਕਰਕੇ ਅੱਜ 56 ਦਿਨ ਬਾਅਦ ਸਿੱਖਿਆ ਮੰਤਰੀ ਪਟਿਆਲਾ ਦੇ ਵਿੱਚ ਪਹੁੰਚੇ ਅਤੇ ਅਧਿਆਪਕਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆਏ। ਪਟਿਆਲਾ ਤੋਂ ਕੈਮਰਾਮੈਨ ਕਮਲ ਦੇ ਨਾਲ ਅਵਤਾਰ ਗਿੱਲ, ਦੈਨਿਕ ਸਵੇਰਾ।